ਮੈਂ ਕੱਲ੍ਹ ਸਾਡੇ ਫਿਰੋਜ਼ਪੁਰ ਦੇ ਵਿੱਚ PGI ਦਾ ਕੱਲ੍ਹ ਉਦਘਾਟਨ ਹੋ ਰਿਹਾ, ਮਾਨਯ ਪ੍ਰਧਾਨ ਮੰਤਰੀ ਜੀ ਸਵੇਰੇ ਵਰਚੁਅਲ ਕਰਕੇ ਉਦਘਾਟਨ ਕਰ ਰਹੇ ਨੇ, ਜਿਹਦਾ ਅੱਗੇ ਨੀਂਹ ਪੱਥਰ ਰੱਖਿਆ ਜਾਏਗਾ ਕੱਲ੍ਹ, ਫਿਰ ਇਹਦਾ ਟੈਂਡਰ ਲੱਗੇਗਾ ਅਤੇ ਕੰਮ ਸ਼ੁਰੂ ਹੋ ਜਾਏਗਾ। ਇਹਦੇ ਵਿੱਚ ਸਾਡੇ ਫਿਰੋਜ਼ਪੁਰ ਦੇ ਨਿਵਾਸੀ, ਜਲਾਲਾਬਾਦ, ਗੁਰੂਵਰ ਸਾਹਿਬ ਦੇ ਨਿਵਾਸੀ ਔਰ ਮੋਗਾ ਦੇ ਨਿਵਾਸੀ ਸਾਰਿਆਂ ਵਾਸਤੇ ਖੁਸ਼ਖਬਰੀ ਹੈ ਕਿ ਹੁਣ ਸਾਡੇ ਇੱਥੇ PGI ਬਣ ਰਿਹਾ ਅਤੇ ਸਾਰਿਆਂ ਨੂੰ ਹੁਣ ਕੋਈ ਵੀ ਮੈਡੀਕਲ ਫੈਸਿਲਿਟੀ ਲੈਣ ਵਾਸਤੇ ਦੂਰ ਨਹੀਂ ਜਾਣਾ ਪਏਗਾ, ਸਾਡੇ ਇੱਥੇ ਹੀ ਬਣੇਗਾ। ਔਰ ਸਭ ਨੂੰ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ ਕਿ ਸਾਡੇ ਇੱਥੇ ਮੈਡੀਕਲ ਫੈਸਿਲਿਟੀਆਂ ਮਿਲਣਗੀਆਂ ਅਤੇ 200 ਬੈੱਡ ਦਾ ਹੋਸਪਿਟਲ ਤਿਆਰ ਹੋ ਰਿਹਾ। ਅਤੇ ਮੈਂ ਮਾਨਯ ਪ੍ਰਧਾਨ ਮੰਤਰੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਸਾਰਿਆਂ ਨੂੰ ਵਧਾਈਆਂ ਦੇ। ਧੰਨਵਾਦ ਸਰ। ਜੋ ਇਹ ਪ੍ਰੋਜੈਕਟ ਹੈ, ਕਿੰਨਾ ਪ੍ਰੋਜੈਕਟ ਹੈ, ਕਿੰਨੀ ਦੇਰ 'ਚ ਕੰਪਲੀਸ਼ਨ ਹੋ ਜਾਏਗੀ ਔਰ ਕਦੋਂ ਅਲੋਟ ਹੋਏਗਾ? ਸਰ, ਇਹ ਪ੍ਰੋਜੈਕਟ HLL ਦਾ ਪ੍ਰੋਜੈਕਟ ਹੈਗਾ ਜੀ, ਜਿਹਨੂੰ ਸਵਦੇਸ਼ੀ ਇਨਫਰਾਸਟ੍ਰਕਚਰ ਪ੍ਰਾਈਵੇਟ ਲਿਮਿਟਡ ਕਰ ਰਹੀ ਹੈਗੀ ਹੈ ਜੀ। ਅਤੇ ਇਹ 2 ਈਅਰ ਦਾ ਪ੍ਰੋਜੈਕਟ ਹੈਗਾ ਜੀ, 287 ਕਰੋੜ ਦਾ ਪ੍ਰੋਜੈਕਟ ਹੈਗਾ ਜੀ ਇਹ। ਅਤੇ ਇਨਫਰਾਸਟ੍ਰਕਚਰ ਜਿਹੜਾ ਆਪਾਂ ਕਹੀਏ ਜੀ, ਮੋਬਲਾਈਜੇਸ਼ਨ ਜਿਹੜਾ ਹੈਗਾ ਸਾਡਾ ਉਹ ਚਾਲੂ ਹੋ ਚੁੱਕਿਆ ਅਤੇ ਆਫਟਰ 15 ਡੇਜ਼ ਬਾਅਦ ਇਹ ਪ੍ਰੋਜੈਕਟ ਚਾਲੂ ਹੋ ਜਾਏਗਾ ਜੀ। ਜਿਹੜੀ ਕੰਪਲੀਸ਼ਨ ਟਾਈਮ 2 ਈਅਰ ਜੀ, ਵਿਦਇਨ 2 ਈਅਰ 'ਚ ਇਹ ਕੰਪਲੀਟ ਹੋਏਗਾ ਜੀ, ਜਿਹੜਾ ਟਾਰਗੇਟ ਹੈਗਾ ਜੀ ਸਾਡਾ। ਕੀ ਸਟਰਕਚਰ ਬਣਾਇਆ ਜਾਏਗਾ ਇੱਥੇ, ਕੀ ਬਣਨਾ ਸਟਰਕਚਰ ਇੱਥੇ ਜੀ? ਹੋਸਪਿਟਲ ਬਿਲਡਿੰਗ ਬਣਨਗੀਆਂ ਜੀ, ਗੈਸਟ ਹਾਊਸ ਬਣੇਗਾ, ਰੈਜੀਡੈਂਸ਼ੀਅਲ ਡਾਕਟਰਸ ਜਾਣਗੇ ਅਤੇ ਉਹਨਾਂ ਦੇ ਵਾਸਤੇ ਰਹਿਣ ਵਾਸਤੇ ਬਣੇਗੇ ਜੀ। ਅਤੇ ਬਾਕੀ ਆਉਣ ਵਾਲੇ ਫਿਊਚਰ ਟਾਈਮ 'ਚ ਅੱਗੇ ਇੱਥੇ ਕੋਲਜ ਹੋਏ ਤਾਂ ਜ਼ਿਆਦਾ ਵਧੀਆ ਜੀ, ਉਹਦੇ ਵਾਸਤੇ ਗੌਰਮੈਂਟ ਲੈਂਡ ਐਕਵਾਇਰ ਕਰੇਗੀ ਤਾਂ ਉਹ ਬੈਸਟ ਹੋਏਗਾ ਜੀ। ਕਿੰਨੇ ਲੈਂਡ 'ਚ ਬਣ ਰਿਹਾ ਹੁਣ ਤੱਕ? ਇਹ 27 ਏਕੜ ਲੈਂਡ 'ਚ ਬਣ ਰਿਹਾ ਹੈਗਾ ਜੀ। ਅਤੇ ਅੱਛਾ, ਗੌਰਮੈਂਟ ਨੂੰ ਫੈਸਿਲਿਟੀ PGI ਇੱਥੇ ਹੈ ਤੁਹਾਡੇ ਹੈ ਨਹੀਂ ਫਿਰੋਜ਼ਪੁਰ, ਜਨਤਾ ਨੂੰ ਵੀ ਫੈਸਿਲਿਟੀ ਮਿਲੇਗੀ, ਜਿਹੜੀ ਜਨਤਾ ਇੱਥੋਂ ਦੀ ਜਾਂਦੀ ਹੈਗੀ ਹੈ ਬਾਹਰ, ਕੋਈ ਲੁਧਿਆਣਾ ਜਾ ਰਹੀ ਤਾਂ ਕੋਈ ਚੰਡੀਗੜ੍ਹ ਜਾ ਰਹੀ ਹੈ, ਉਹਨਾਂ ਨੂੰ ਬੈਨੀਫਿਟ ਮਿਲੇਗਾ PGI ਬਣਨ ਨਾਲ, ਸਾਰਿਆਂ ਦਾ ਫਾਇਦਾ ਜੀ ਇਸ 'ਚ। ਕੀ ਨਾਮ? ਪਰਮਜੀਤ ਸਿੰਘ। PGI ਦਾ ਜਿਹੜਾ ਹੈ ਕੰਮ ਸ਼ੁਰੂ ਹੋ ਗਿਆ, ਕੀ ਕਹਿਣਾ ਚਾਹੋਗੇ? ਅਸੀਂ ਜੀ ਬਾਰਡਰ ਦੇ ਵਾਸਤੇ ਸਾਡੀ ਬਹੁਤ ਸਹੂਲਤਾਂ ਹੋ ਚੁੱਕੀ ਜੀ, ਜਿਹੜਾ ਮਨਮੋਹਨ ਸਿੰਘ ਦੇ ਟਾਈਮ ਦੇ ਆਇਆ ਸੀ, ਅੱਜ ਇਹਦਾ ਬਣਨ ਜਾ ਰਿਹਾ, ਬੜਾ ਵਧੀਆ ਸ਼ੁਰੂਆਤ ਹੋ ਰਹੀ ਹੈ, ਇਹ ਸਾਨੂੰ ਬਹੁਤ ਫਾਇਦਾ ਹੋਏਗਾ। ਅਸੀਂ ਇੱਥੋਂ ਬਾਰਡਰ ਤੋਂ, ਇੱਥੋਂ ਫਿਰੋਜ਼ਪੁਰ ਤੋਂ 18-20 ਕਿਲੋਮੀਟਰ ਬਾਰਡਰ ਪੈਂਦਾ, ਬਾਰਡਰ ਬੈਲਟ 'ਤੇ ਬੈਠੇ ਹਾਂ, ਪਰ ਸਾਨੂੰ ਬਹੁਤ ਹੀ ਫਾਇਦਾ ਹੋ ਗਿਆ। ਅੱਗੇ ਸਾਨੂੰ ਜਾਣਾ ਪੈਂਦਾ ਸੀ ਚੰਡੀਗੜ੍ਹ ਤੱਕ, ਲੇਕਿਨ ਸਾਨੂੰ ਇੱਥੇ ਬਹੁਤ ਹੀ ਬਾਰਡਰ ਬੈਲਟ ਨੂੰ ਐਸੀ ਕੋਟੇ ਦੇ ਅਸੀਂ ਬੰਦੇ ਹਾਂ, ਗਰੀਬ ਪਰਿਵਾਰਾਂ ਦੇ ਪਰਿਵਾਰ ਹਾਂ, ਲੇਕਿਨ ਸਾਨੂੰ ਬਹੁਤ ਇਹਦਾ ਫਾਇਦਾ ਹੋਵੇਗਾ ਜੀ, ਬਣਨ ਜਾ ਰਿਹਾ ਸੈਂਟਰ ਸਰਕਾਰ ਵੱਲੋਂ, ਜਦੋਂ ਦਾ ਲੜਕ ਰਿਹਾ ਵਧੀਆ ਹੋ ਰਿਹਾ, ਹੁਣ ਕੰਮ ਬਹੁਤ ਵਧੀਆ ਜੀ। ਧੰਨਵਾਦ ਜੀ। ਮੈਂ ਕੱਲ੍ਹ ਸਾਡੇ ਫਿਰੋਜ਼ਪੁਰ ਦੇ ਵਿੱਚ PGI ਦਾ ਕੱਲ੍ਹ ਉਦਘਾਟਨ ਹੋ ਰਿਹਾ, ਮਾਨਯ ਪ੍ਰਧਾਨ ਮੰਤਰੀ ਜੀ ਸਵੇਰੇ ਵਰਚੁਅਲ ਕਰਕੇ ਉਦਘਾਟਨ ਕਰ ਰਹੇ ਨੇ, ਜਿਹਦਾ ਅੱਗੇ ਨੀਂਹ ਪੱਥਰ ਰੱਖਿਆ ਜਾਏਗਾ ਕੱਲ੍ਹ, ਫਿਰ ਇਹਦਾ ਟੈਂਡਰ ਲੱਗੇਗਾ ਅਤੇ ਕੰਮ ਸ਼ੁਰੂ ਹੋ ਜਾਏਗਾ। ਇਹਦੇ ਵਿੱਚ ਸਾਡੇ ਫਿਰੋਜ਼ਪੁਰ ਦੇ ਨਿਵਾਸੀ, ਜਲਾਲਾਬਾਦ, ਗੁਰੂਵਰ ਸਾਹਿਬ ਦੇ ਨਿਵਾਸੀ ਔਰ ਮੋਗਾ ਦੇ ਨਿਵਾਸੀ ਸਾਰਿਆਂ ਵਾਸਤੇ ਖੁਸ਼ਖਬਰੀ ਹੈ ਕਿ ਹੁਣ ਸਾਡੇ ਇੱਥੇ PGI ਬਣ ਰਿਹਾ ਅਤੇ ਸਾਰਿਆਂ ਨੂੰ ਹੁਣ ਕੋਈ ਵੀ ਮੈਡੀਕਲ ਫੈਸਿਲਿਟੀ ਲੈਣ ਵਾਸਤੇ ਦੂਰ ਨਹੀਂ ਜਾਣਾ ਪਏਗਾ, ਸਾਡੇ ਇੱਥੇ ਹੀ ਬਣੇਗਾ। ਔਰ ਸਭ ਨੂੰ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ ਕਿ ਸਾਡੇ ਇੱਥੇ ਮੈਡੀਕਲ ਫੈਸਿਲਿਟੀਆਂ ਮਿਲਣਗੀਆਂ ਅਤੇ 200 ਬੈੱਡ ਦਾ ਹੋਸਪਿਟਲ ਤਿਆਰ ਹੋ ਰਿਹਾ। ਅਤੇ ਮੈਂ ਮਾਨਯ ਪ੍ਰਧਾਨ ਮੰਤਰੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਸਾਰਿਆਂ ਨੂੰ ਵਧਾਈਆਂ ਦੇ। ਧੰਨਵਾਦ ਸਰ। ਜੋ ਇਹ ਪ੍ਰੋਜੈਕਟ ਹੈ, ਕਿੰਨਾ ਪ੍ਰੋਜੈਕਟ ਹੈ, ਕਿੰਨੀ ਦੇਰ 'ਚ ਕੰਪਲੀਸ਼ਨ ਹੋ ਜਾਏਗੀ ਔਰ ਕਦੋਂ ਅਲੋਟ ਹੋਏਗਾ? ਸਰ, ਇਹ ਪ੍ਰੋਜੈਕਟ HLL ਦਾ ਪ੍ਰੋਜੈਕਟ ਹੈਗਾ ਜੀ, ਜਿਹਨੂੰ ਸਵਦੇਸ਼ੀ ਇਨਫਰਾਸਟ੍ਰਕਚਰ ਪ੍ਰਾਈਵੇਟ ਲਿਮਿਟਡ ਕਰ ਰਹੀ ਹੈਗੀ ਹੈ ਜੀ।
ਤੇ ਇਹ 2 ਈਅਰ ਦਾ ਪ੍ਰੋਜੈਕਟ ਹੈਗਾ ਜੀ, 287 ਕਰੋੜ ਦਾ ਪ੍ਰੋਜੈਕਟ ਹੈਗਾ ਜੀ ਇਹ। ਅਤੇ ਇਨਫਰਾਸਟ੍ਰਕਚਰ ਜਿਹੜਾ ਆਪਾਂ ਕਹੀਏ ਜੀ, ਮੋਬਲਾਈਜੇਸ਼ਨ ਜਿਹੜਾ ਹੈਗਾ ਸਾਡਾ ਉਹ ਚਾਲੂ ਹੋ ਚੁੱਕਿਆ ਹੈ, ਅਤੇ ਆਫਟਰ 15 ਡੇਜ਼ ਬਾਅਦ ਇਹ ਪ੍ਰੋਜੈਕਟ ਚਾਲੂ ਹੋ ਜਾਏਗਾ ਜੀ। ਜਿਹੜੀ ਕੰਪਲੀਸ਼ਨ, ਕੰਪਲੀਸ਼ਨ ਟਾਈਮ 2 ਈਅਰ ਜੀ, ਵਿਦ ਇਨ 2 ਈਅਰ 'ਚ ਇਹ ਕੰਪਲੀਟ ਹੋਏਗਾ ਜੀ, ਜਿਹੜਾ ਟਾਰਗੇਟ ਹੈਗਾ ਜੀ ਸਾਡਾ। ਕੀ ਇਹ ਸਟਰਕਚਰ ਬਣਾਇਆ ਜਾਏਗਾ ਇੱਥੇ, ਕੀ ਬਣਨਾ ਸਟਰਕਚਰ ਇੱਥੇ ਜੀ? ਹੋਸਪਿਟਲ ਬਿਲਡਿੰਗ ਬਣਨਗੀਆਂ ਜੀ, ਗੈਸਟ ਹਾਊਸ ਬਣੇਗਾ, ਰੈਜੀਡੈਂਸ਼ੀਅਲ ਡਾਕਟਰਸ ਜਾਣ ਕੇ ਅਤੇ ਉਹਨਾਂ ਦੇ ਵਾਸਤੇ ਰਹਿਣ ਵਾਸਤੇ ਬਣੇਗੇ ਜੀ। ਅਤੇ ਬਾਕੀ ਆਉਣ ਵਾਲੇ ਫਿਊਚਰ ਟਾਈਮ 'ਚ ਅੱਗੇ ਇੱਥੇ ਕੋਲਜ ਹੋਏ ਤਾਂ ਜ਼ਿਆਦਾ ਵਧੀਆ ਜੀ, ਉਹਦੇ ਵਾਸਤੇ ਗੌਰਮੈਂਟ ਲੈਂਡ ਐਕਵਾਇਰ ਕਰੇਗੀ ਅਤੇ ਉਹ ਬੈਸਟ ਹੋਏਗਾ ਜੀ। ਕਿੰਨੇ ਲੈਂਡ 'ਚ ਬਣ ਰਿਹਾ ਹੁਣ ਤੱਕ? ਇਹ 27 ਏਕੜ ਲੈਂਡ 'ਚ ਬਣ ਰਿਹਾ ਹੈਗਾ ਜੀ। ਅਤੇ ਅੱਛਾ, ਗੌਰਮੈਂਟ ਨੂੰ ਫੈਸਿਲਿਟੀ PGI ਇੱਥੇ ਹੈ ਤੁਹਾਡੇ ਹੈ ਨਹੀਂ ਫਿਰੋਜ਼ਪੁਰ, ਜਨਤਾ ਨੂੰ ਵੀ ਫੈਸਿਲਿਟੀ ਮਿਲੇਗੀ, ਜਿਹੜੀ ਜਨਤਾ ਇੱਥੋਂ ਦੀ ਜਾਂਦੀ ਹੈਗੀ ਹੈ ਬਾਹਰ, ਕੋਈ ਲੁਧਿਆਣਾ ਜਾ ਰਹੀ ਅਤੇ ਕੋਈ ਚੰਡੀਗੜ੍ਹ ਜਾ ਰਹੀ ਹੈ, ਉਹਨਾਂ ਨੂੰ ਬੈਨੀਫਿਟ ਮਿਲੇਗਾ PGI ਬਣਨ ਨਾਲ, ਸਾਰਿਆਂ ਦਾ ਫਾਇਦਾ ਜੀ ਇਸ 'ਚ। ਕੀ ਨਾਮ? ਪਰਮਜੀਤ ਸਿੰਘ। PGI ਦਾ ਜਿਹੜਾ ਹੈ ਕੰਮ ਸ਼ੁਰੂ ਹੋ ਗਿਆ, ਕੀ ਕਹਿਣਾ ਚਾਹੋਗੇ? ਅਸੀਂ ਜੀ ਬਾਰਡਰ ਦੇ ਵਾਸਤੇ ਸਾਡੀ ਬਹੁਤ ਸਹੂਲਤਾਂ ਹੋ ਚੁੱਕੀ ਹੈ, ਜਿਹੜਾ ਮਨਮੋਹਨ ਸਿੰਘ ਦੇ ਟਾਈਮ ਦੇ ਆਇਆ ਸੀ, ਅੱਜ ਇਹਦਾ ਬਣਨ ਜਾ ਰਿਹਾ, ਬੜਾ ਵਧੀਆ ਸ਼ੁਰੂਆਤ ਹੋ ਰਹੀ ਹੈ, ਇਹ ਸਾਨੂੰ ਬਹੁਤ ਫਾਇਦਾ ਹੋਏਗਾ। ਅਸੀਂ ਇੱਥੋਂ ਬਾਰਡਰ ਤੋਂ, ਇੱਥੋਂ ਫਿਰੋਜ਼ਪੁਰ ਤੋਂ 18-20 ਕਿਲੋਮੀਟਰ ਬਾਰਡਰ ਪੈਂਦਾ, ਬਾਰਡਰ ਬੈਲਟ 'ਤੇ ਬੈਠੇ ਹਾਂ, ਪਰ ਸਾਨੂੰ ਬਹੁਤ ਹੀ ਫਾਇਦਾ ਹੋ ਗਿਆ। ਅੱਗੇ ਸਾਨੂੰ ਜਾਣਾ ਪੈਂਦਾ ਸੀ ਚੰਡੀਗੜ੍ਹ ਤੱਕ, ਲੇਕਿਨ ਸਾਨੂੰ ਇੱਥੇ ਬਹੁਤ ਹੀ ਬਾਰਡਰ ਬੈਲਟ ਨੂੰ ਐਸੀ ਕੋਟੇ ਦੇ ਅਸੀਂ ਬੰਦੇ ਹਾਂ, ਗਰੀਬ ਪਰਿਵਾਰਾਂ ਦੇ ਪਰਿਵਾਰ ਹਾਂ, ਲੇਕਿਨ ਸਾਨੂੰ ਬਹੁਤ ਇਹਦਾ ਫਾਇਦਾ ਹੋਵੇਗਾ ਜੀ, ਬਣਨ ਜਾ ਰਿਹਾ ਸੈਂਟਰ ਸਰਕਾਰ ਵੱਲੋਂ, ਜਦੋਂ ਦਾ ਲੜਕ ਰਿਹਾ ਪਰ ਵਧੀਆ ਹੋ ਰਿਹਾ ਹੁਣ ਕੰਮ, ਬਹੁਤ ਵਧੀਆ ਜੀ, ਧੰਨਵਾਦ ਜੀ।